ਜਿਹੜੀ ਗੱਲਾਂ ਕਰਦੇ ਰਹੀਏ ਨਾ ਉਹਦਾ ਫਿਰ ਫਾਇਦਾ ਹੁੰਦਾ ਹੈ। ਗੱਲਾਂ ਗੱਲਾਂ ਚੰਗੀਆਂ ਹੁੰਦੀਆਂ ਨੇ, ਗੱਲਾਂ ਕਰੋ ਤੇ ਸੱਜਣਾ ਵਾਲਾ ਬਵੀਏ ਤੇ। ਅੱਛਾ ਇੱਕ ਦੁਆਰ ਗੱਲ ਦੱਸਾਂ, ਇਹ ਗੱਲ ਦੱਸਾਂ ਬਈ, ਗੱਲ ਇਹ ਵੇ ਕਿ ਜਿਹੜੇ ਯਾਰ ਨਹੀਂ ਹੁੰਦੇ ਜਿਹੜੇ ਭਰਾ ਹੁੰਦੇ ਨੇ, ਰੂਹ ਹੁੰਦੀ ਹੈ, ਇਹ ਰੂਹ ਇਹ ਖੁਦਾ ਦੀ ਅਲੱਗ ਹੀ ਹੁੰਦਾ ਹੈ। ਉਹ ਜੇ ਮਿਲਦਾ ਹੈ ਨਾ, ਅੱਛਾ ਘੰਟਾ ਘੰਟਾ ਦੋ ਦੋ ਘੰਟੇ ਤੁਸੀਂ ਗੱਲ ਨਾ ਕਰੋ, ਕੋਲ ਬੈਠੇ ਰਹੋ। ਇਹ ਇਹ ਹੁੰਦਾ ਕਿ ਯਾਰ ਬੈਠਿਆ ਦੇ ਕੋਲ, ਇਹਦਾ ਸੱਜਣ ਦੇ ਕੋਲ ਬੈਠਿਆ ਨਾ, ਸੱਜਣ ਕੋਲ ਬੈਠਿਆ ਤਾਂ ਠੀਕ ਹੈ, ਗੱਲਾਂ ਨਾ ਕਰੋ ਸੱਜਣਾਂ ਨਾਲ ਬਾਰਾਂ ਬਾਰਾਂ। ਤੇ ਜਿਹੜੇ ਜਿਹਨਾਂ ਦਾ ਆਪੇ ਪਿਆਰ ਮੁਹੱਬਤ ਨਹੀਂ ਹੁੰਦਾ, ਉਹ 2 ਮਿੰਟ ਬਾਅਦ ਉਹ ਬੋਰ ਟੁਰ ਜਾਣ ਜਾਂਦੇ ਨੇ, ਯਾਰ ਮੇਰੇ ਨਾਲ ਗੱਲ ਕੋਈ ਨਹੀਂ ਕੀਤੀ। ਅਸੀਂ ਉਦੋਂ ਦੇ ਸਾਡਾ ਦਿਲ ਨਹੀਂ ਪਿਆ ਕਰਦਾ ਇੱਥੇ ਜਾਵੀਏ, ਸਾਡਾ ਦਿਲ ਕਰਦਾ ਹੈ ਬਸ ਇਕੱਠੇ ਰਹੀਏ ਤੇ ਇੱਥੇ ਬਵੀਏ ਗੱਪਾਂ ਮਾਰੀਏ। ਅਗੇ ਮੈਂ ਕਹਿੰਦਾ ਕਿ ਅਸੀਂ ਇੱਕ ਦੂਜੇ ਨਾਲ ਨਾ ਵੀ ਬੋਲੀਏ ਨਾ, ਤੇ ਇਹ ਹੋਣਾ ਕਿ ਯਾਰ ਉਹ ਇਹ ਬਸਾਰ ਹੈ ਨਾ, ਆਸ਼ਕ ਜਿਹੜਾ ਨਾ, ਆਸ਼ਕ ਉਹਨੇ ਇਹ ਸ਼ੇਰ, ਇੱਕ ਮੇਰੇ ਸ਼ੇਰ ਯਾਦ ਨਹੀਂ ਰਿਹਾ ਹੁਣ, ਇਹ ਕਿ ਉਹਨੇ ਆਖਿਆ ਕਿ ਮਿੰਨ ਡਰ ਇਸ ਗੱਲ ਦਾ ਰਹਿੰਦਾ ਹੈ, ਮੁਲਾਕਾਤ ਤੇ ਹੋ ਜਾਂਦੀ, ਡਰ ਇਸ ਗੱਲ ਦਾ ਰਹਿੰਦਾ ਕਿ ਜੁਦਾਈ ਹੋ ਜਾਣੀ, ਹੁਣ ਜੁਦਾਈ ਦਾ ਯਾਰ ਡਰ ਹੁੰਦਾ। ਇਸ ਵਾਸਤੇ ਜਿਹਦੇ ਨਾਲ ਕਰੋ, ਸਾਰਿਆਂ ਨਾਲ ਪਿਆਰ ਕਰੋ, ਮੁਹੱਬਤ ਕਰੋ, ਅੰਦਰੋਂ ਕਰੋ, ਅਤੇ ਰੱਬ ਜਿਹੜਾ ਰਾਜ਼ੀ ਰਹਿੰਦਾ, ਰੱਬ ਸਾਰੇ ਮਾਮਲਾ ਜਿਹੜੇ ਨਾ ਉਹ ਸਾਰੇ ਸਿੱਧੇ ਉਹਦੇ ਕੋਲ ਲਓ, ਉਹਨੇ ਜੋ ਕੀ ਕਰਨਾ ਉਹਨੇ ਸਾਨੂੰ ਸਭ ਕੁਝ ਦੇਣਾ, ਉਹਨੇ ਲੈਣਾ, ਅੱਲਾਹ ਤਾਲਾ ਨੇ ਕਰਨਾ, ਬਾਕੀ ਸਾਰਾ ਚੱਲਦਾ ਰਹਿੰਦਾ। ਬੜੀ ਮਿਹਰਬਾਨੀ, ਥੈਂਕ ਯੂ।